ਲਜਿਓ ਤੁਹਾਡੀ ਖਿਦਮਤ ਦੇ ਵਿੱਚ ਸਾਡੇ ਆਮਣ ਵਾਲੇ ਮਹਿਮਾਨ ਫਨਕਾਰ ਇਹ ਤੁਹਾਡੀ ਮੁਹੱਬਤ ਦੇ ਸਾਈਆਂ ਦੀ ਕਰਮ ਨਵਾਜ਼ੀ ਹੈ ਕਿ ਮੈਂ ਉਹਨਾਂ 60-62 ਸਾਲ ਉਮਰ ਹੋ ਗਈ ਤਾਂ ਅਜੇ ਵੀ ਮੇਰੀ ਸਰਕਾਰ ਹਾਜ਼ਰੀ ਕਬੂਲ ਕਰ ਲੈਂਦੇ ਨੇ ਅਤੇ ਸਾਡੇ ਜ਼ੇਬ ਮੱਤਾਂ ਵਾਲੇ ਤੁਸੀਂ ਬੜੇ ਕਿਸਤਾਂ ਦੇ ਵਿੱਚ ਵੀ ਸੁਣਦੇ ਜੇ ਇਹ ਉਹ ਸਰਕਾਰ ਦੀ ਕੀਰਤ ਕਰਨਗੇ ਆਪਣੇ ਢੰਗ ਦੇ ਨਾਲ ਹਾਜ਼ਰੀਨ ਮਹਿਫਿਲ ਤਮਾਮ ਦੋਸਤਾਂ ਨੂੰ ਅਸਲਾਮ ਅਲੈਕੁਮ ਮੁਰਸ਼ਦ ਦਾ ਨਾਰਾ ਪੰਨਰੇ ਬੰਦਨੀ ਸ਼ਵਲਤ ਨਾਰਾ ਹੈਦਰੀ ਦਲਦੁਤ ਪ੍ਰਦੇਸ਼ ਤੋਂ ਗੁਰੇ ਹੁੰਦੇ ਘਰੋਂ ਨਿਕਲ ਕੇ ਬੇਆਰਾਮ ਰਹਿਣਾ ਦਲਦੁਤ ਪ੍ਰਦੇਸ਼ ਤੋਂ ਗੁਰੇ ਹੁੰਦੇ ਘਰੋਂ ਨਿਕਲ ਕੇ ਬੇਆਰਾਮ ਰਹਿਣਾ ਜਿਨ੍ਹਾਂ ਘਰ ਹਕੂਮਤਾਂ ਕੀਤੀਆਂ ਨੇ ਬਾਰ ਔਖਾ ਕਿਸੇ ਦਾ ਤੇਜ਼ ਰੇਲ ਵਾਂਗੂ ਵਧੇ ਉਮਰ ਤੇਰੀ ਕੋਠਾ ਕੰਧ ਜ਼ਮੀਨ ਨਹੀਂ ਖੜੀ ਰਹਿਣੀ ਕੁਝ ਰੋਜ਼ ਤੋਂ ਸੜਕ ਦੇ ਸੈਰ ਕਰ ਲੈ ਬੱਕੀ ਵਿੱਚੋਂ ਦੋ ਵੇਲੇ ਦੇ ਖੜੀ ਰਹਿਣੀ ਅਖਰ ਉਮਰ ਦੀ ਡੋਰ ਨੂੰ ਟੁੱਟ ਜਾਣਾ ਗੁੱਡੀ ਜੱਗ ਤੇ ਸਦਾ ਨਹੀਂ ਚੜੀ ਰਹਿਣੀ ਲੱਖ ਆਲਮਾਂ ਵੇਖ ਇਲਾਜ ਕਰ ਲੈ ਜਿੰਦ ਨਹੀਂ ਹਕੀਮ ਦਿਹਾੜੀ ਰਹਿਣੀ ਸਭ ਤੋਂ ਪਹਿਲੇ ਹਜ਼ਰਤ ਮੀਆਂ ਮੁਹੰਮਦ ਬਖਸ਼ ਖੜਿਸ਼ਾ ਦਾ ਕਲਾਮ ਪੇਸ਼ ਕਰਿਆ ਉਸ ਤੋਂ ਬਾਅਦ ਮੌਲ ਦੇ ਮੁਤਾਬਿਕ ਇਜਾਜ਼ਤਾਂ ਬਾਬਾ ਜੀ ਵਾਪਸ ਨਹੀਂ ਆਉਂਦੇ ਤੇ ਗੁਜ਼ਰ ਜਾਂਦੇ ਜੋੜੇ ਕੁੰਡੀ ਉਤਾਰ ਦੀ ਦੌੜ ਕਰਮੀ ਤੇ ਇਸ਼ਕ ਨਹੀਂ ਪੁੱਛਦਾ ਰੂਬਰੂਏ ਸਜਣ ਦੇ ਹੋ ਕੇ ਤੇ ਕਰ ਲਈਏ ਦੋ ਬਾਤਾਂ ਅਵਲ ਹਮ ਸਨਾਈ ਲਾਹੀ ਅਵਲ ਹਮ ਸਨਾਈ ਲਾਹੀ ਤੇ ਜੋ ਮਾਲਕ ਹਰ ਹਰ ਜੋ ਮਾਲਕ ਹਰ ਹਰ ਉਸਦਾ ਨਾਮ ਪੁੱਛੀ ਤਾਰਨ ਵਾਲਾ ਕਿਸੇ ਮਤਾਂ ਕਿੰਨੀ ਹੈ ਉਸਦਾ ਨਾਮ ਪੁੱਛੀ ਤਾਰਨ ਵਾਲਾ ਕਿਸੇ ਮਤਾਂ ਕਿੰਨੀ ਹੈ ਅੱਜ
ਕਰੀਏ ਤਕਵਾਲਾ ਤੂੰ ਮਹਿਬੂਬਾ ਵਾਲਾ ਚੱਲ ਦੁਆਰਾ ਪੀਏ ਤਕਵਾਲਾ ਤੂੰ ਮਹਿਬੂਬਾ ਵਾਲਾ ਚੱਲ ਦੁਆਰਾ ਪੀਏ ਤੇਰਾ ਦਿਨ ਲੱਗਣਾ ਤੇ ਹਰ ਸੇ ਵਿਚਾਰ ਦੇ